ਡੈਨੀਅਲ ਗਿੱਲ ਸਪੈਚਰ ਬਲਖੈਰਜੀ ਮੀਡੀਆ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਸਾਡੇ ਕੋਲ ਚੱਲ ਕੇ ਆਏ ਨੇ ਸਾਡੀਆਂ ਮੁਸ਼ਕਲਾਂ ਸੁਣਨ ਅਤੇ ਪਿੰਡ ਵਾਲਿਆਂ ਬਲਖੈਰਾਂ ਦਾ ਵੋਟਰਾਂ ਸਪੋਰਟਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੰਨੀਆਂ ਵੋਟਾਂ ਪਾ ਕੇ ਸਰਪੰਚ ਬਣਾਏ ਸਾਡੇ ਪਿੰਡ ਦਾ ਜਿਹੜਾ ਵਿਕਾਸ ਦਾ ਕੰਮ ਆ ਉਹ ਇਸ ਤਰੀਕੇ ਨਾਲ ਕਿ ਸਾਡੇ ਕਨੌਲੀ ਬਲਖੈਰ ਦਾ ਨਾਲੇ ਦਾ ਬਹੁਤ ਹੀ ਜ਼ਰੂਰੀ ਆ। ਅਸੀਂ ਆਪਣੇ ਮੰਤਰੀ ਸਾਹਿਬ ਨੂੰ ਰਿਕੁਐਸਟ ਕਰਦੇ ਹਾਂ ਬਾਈ ਅਪੀਲ ਕਰਦੇ ਹਾਂ ਕਿ ਉਹ ਸਾਨੂੰ ਜਲਦ ਜਲਦ ਕਿਸੇ ਵੀ ਖਾਤੇ ਦੇ ਵਿੱਚੋਂ ਪੈਸੇ ਲੈ ਕੇ ਉਸ ਨਾਲੇ ਲਈ ਲੋਕਾਂ ਨੂੰ ਦੇਣ ਤਾਂ ਕਿ ਉਸ ਬਿਮਾਰੀਆਂ ਬਹੁਤ ਜ਼ਿਆਦਾ ਫੈਲ ਰਹੀਆਂ ਨੇ ਔਰ ਪਿੰਡ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਵਾ। ਅਸੀਂ ਮੈਡਮ ਜੀ ਦਾ ਵੀ ਧੰਨਵਾਦ ਕਰਦੇ ਨੇ ਜਿਹਨਾਂ ਸਾਨੂੰ ਪੈਸੇ ਦੇ ਕੇ ਪਿੰਡ ਦੇ ਵਿੱਚ ਜਿਹੜੀਆਂ ਨਾਲੀਆਂ ਗਲੀਆਂ ਦਾ ਕੰਮ ਚਾਲੂ ਆ ਲੋਕ ਟਾਇਲ ਦਾ ਕੰਮ ਚਾਲੂ ਹੈ ਇਸ ਵੇਲੇ ਔਰ ਇੱਕ ਦੋ ਸਾਡੇ ਮੁੱਦੇ ਨੇ ਜਿਹੜੇ ਅਸੀਂ ਮੈਡਮ ਜੀ ਦੇ ਧਿਆਨ ਵਿੱਚ ਮਿਲ ਕੇ ਵੀ ਲਿਆਉਣਾ ਚਾਹੁੰਦੇ ਹਾਂ ਕਿ ਇੱਕ ਸਾਡੇ ਕੋਲ ਇੱਥੇ ਸਕੂਲ ਜਿਹੜਾ ਬੇਰੁਜ਼ਗਾਰੀ ਬਹੁਤ ਆ ਸੈਂਟਰ ਸਕੂਲ ਜਿਹੜਾ ਲੇਡੀ ਸਕੂਲ ਹੋਣਾ ਜ਼ਰੂਰੀ ਆ ਸਿਲਾਈ ਸੈਂਟਰ ਔਰ ਅਸੀਂ ਫਿਰ ਦੁਬਾਰਾ ਆਪਣੇ ਮੈਡਮ ਜੀ ਦਾ ਹਲਕਾ MLA ਸਾਹਿਬ ਅਰੁਣਾ ਚੌਧਰੀ ਦਾ ਕੈਬਨਿਟ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਕਿ ਉਹਨਾਂ ਸਾਨੂੰ ਆਪਣੀ ਦੇਖ ਦੇਖ ਦੇ ਵਿੱਚ ਸਰਪੰਚ ਬਣਾਇਆ। ਅਸੀਂ ਪੰਜਾਬ ਸਰਕਾਰ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਕਿ ਜਿਹੜਾ 5 ਲੱਖ ਦਾ ਬੀਮਾ ਯੋਜਨਾ ਚਲਾਈ ਆ ਮੈਡੀਕਲ ਇਹ ਵੀ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਤਾਂ ਕਿ ਲੋਕਾਂ ਦੇ ਵਿੱਚ ਜਿਹੜੇ ਲੋਕ ਗਰੀਬ ਲੋਕ ਆਪਣਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਦਾ ਫ੍ਰੀ ਇਲਾਜ ਹੋ ਸਕੇ ਉਹ ਬਹੁਤ ਹੀ ਵਧੀਆ ਉਪਰਾਲਾ ਗੌਰਮੈਂਟ ਦਾ ਜੀ ਇਹਨਾਂ ਦਾ ਸਰਕਾਰ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਇੱਕ ਐਜੂਕੇਸ਼ਨ ਜਿਹੜੀ ਹੈ ਜੀ ਉਹ ਸਰਕਾਰ ਦੇ ਅੱਗੇ ਮੁੱਖ ਮੰਤਰੀ ਸਾਹਿਬ ਦੇ ਅੱਗੇ ਅਪੀਲ ਕਰਦੇ ਹਾਂ ਕਿ ਐਜੂਕੇਸ਼ਨ ਜਿਹੜੀ ਲੋਕਾਂ ਦੇ ਵਿੱਚ ਫ੍ਰੀ ਹੋਣੀ ਚਾਹੀਦੀ ਕਿ ਤਾਂ ਕਿ ਲੋਕਾਂ ਦੇ ਨਿਆਣੇ ਜਿਹੜੇ ਆ ਇੰਗਲਿਸ਼ ਸਕੂਲਾਂ ਨੂੰ ਛੱਡ ਕੇ ਸਰਕਾਰ ਦੇ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਤਾਂ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹਿਯੋਗ ਮਿਲੇ ਪੜ੍ਹਾਈ ਦੇ ਵਿੱਚ ਅਤੇ ਲੋਕ ਪੜ੍ਹਾਈ ਕਰਕੇ ਆਪਣੇ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਪੜ੍ਹਾਉਣ। ਅਸੀਂ ਕੈਪਟਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਜਿਹੜਾ ਨਸ਼ਿਆਂ ਦੀ ਮੁਹਿੰਮ ਦਾ ਚਲਾਇਆ ਉਪਰਾਲਾ ਬਹੁਤ ਵਧੀਆ ਚੱਲ ਰਿਹਾ ਵਾ ਪਰ ਅਸੀਂ ਚਾਹੁੰਦੇ ਹਾਂ ਕਿ ਨਸ਼ਾ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਇਹਦੇ 'ਤੇ ਥੋੜ੍ਹਾ ਜਿਹਾ ਹੋਰ ਸਰਕਾਰ ਨੂੰ ਸੋਚਣਾ ਵਿਚਾਰਨਾ ਚਾਹੀਦਾ ਥੋੜ੍ਹੀ ਜਿਹੀ ਸ਼ਕਤੀ ਹੋਰ ਕਰਨੀ ਚਾਹੀਦੀ ਆ ਤਾਂ ਕਿ ਲੋਕਾਂ 'ਚੋਂ ਜਿਹੜਾ ਨਸ਼ਾ ਵਾ ਰਹਿਤ ਮੁਕਤ ਹੋਏ ਲੋਕਾਂ ਦੇ ਬੱਚੇ ਜਿਹੜੇ ਜਾਨਾਂ ਜਾ ਰਹੀਆਂ ਵਾ ਮਾਵਾਂ ਦੇ ਪੁੱਤ ਮਰ ਰਹੇ ਆ ਭੈਣਾਂ ਦੇ ਭਰਾ ਮਰ ਰਹੇ ਨੇ ਜਿੱਦਾਂ ਕਿ ਹੁਣ ਰੱਖੜ ਪੁੰਨਿਆਂ ਦੇ ਕਈ ਮੈਂ ਦੇਖਦਾ ਕਿ ਨਸ਼ੇ ਨਾਲ ਹਾਲਤ ਨਾਲ ਉਹ ਰੱਖੜੀ ਨਹੀਂ ਚੰਗੇ ਤਰੀਕੇ ਨਾਲ ਬਣਾ ਰਹੇ ਜਾਂ ਉੱਥੇ ਹੀ ਕਿਸੇ ਵੇਲੇ ਕਈਆਂ ਦੀ ਮੈਂ ਦੇਖਦਾ ਡੈਥ ਹੋ ਜਾਂਦੀ ਆ ਕਈ ਭੈਣਾਂ ਵਿਚਾਰੀਆਂ ਇੰਨੀਆਂ ਰੋਂਡੀਆਂ ਵਿਲਕਣ ਡੀਆਂ ਇਹ ਬਾਈ ਰਿਕੁਐਸਟ ਅਪੀਲ ਆ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਇਹਨਾਂ 'ਤੇ ਜ਼ਿਆਦਾ ਧਿਆਨ ਦੇਣ ਜ਼ਿਆਦਾ ਜ਼ੋਰ ਪਾਉਣ ਤਾਂ ਕਿ ਪੰਜਾਬ ਨਸ਼ਾ ਮੁਕਤ ਹੋ ਸਕੇ।